ਇੱਕ ਲੁੱਟ ਦੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਗਲੀ ਦੇ ਵਿੱਚ ਪੈਦਲ ਤੁਰੀ ਜਾ ਰਹੀ ਹੈ ਤੇ ਪਿੱਛੋਂ ਦੀ ਇੱਕ ਬਾਈਕ ਸਵਾਰ ਆਉਂਦਾ ਹੈ ਤੇ ਉਸਦਾ ਪਰਸ ਖੋ ਕੇ ਫਰਾਰ ਹੋ ਜਾਂਦਾ ਹੈ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਇੱਕ ਅਧਿਆਪਕ ਜਿਸਦਾ ਇਹ ਪਰਸ ਖੋਇਆ ਗਿਆ ਜਦੋਂ ਸਕੂਲ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਇੱਕ ਗਲੀ ਦੇ ਵਿੱਚੋਂ ਜਿਵੇਂ ਹੀ ਨਿਕਲ ਰਹੀ ਸੀ ਤਾਂ ਸੁੰਨਸਾਨ ਇਹ ਗਲੀ ਸੀ ਪਰ ਪਿੱਛੋਂ ਦੀ ਆ ਰਹੇ ਇੱਕ ਬਾਈਕ ਸਵਾਰ ਨੇ ਪਲਕ ਝਪਕਦੇ ਹੀ ਉਸਦਾ ਪਰਸ ਖੋ ਲਿਆ ਅਤੇ ਮੌਕੇ ਤੋਂ ਉਹ ਫਰਾਰ ਹੋ ਗਿਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤੇ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਕੁ ਸੈਕਿੰਡ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਬੇਖੌਫ ਹੋ ਕੇ ਇਹਨਾਂ ਝਪਟਮਾਰਾਂ ਦੇ ਵੱਲੋਂ ਆਏ ਦਿਨ ਅਜਿਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਦੇ ਨਾਲ ਆਮ ਲੋਕਾਂ ਦਾ ਘਰ ਦੇ ਵਿੱਚੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ। ਤਾਂ ਦੱਸ ਦਈਏ ਕਿ ਇਹ ਘਟਨਾ ਫਰੀਦਕੋਟ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਲੁੱਟ ਦੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਮੈਂ ਛੁੱਟੀ ਤੋਂ ਬਾਅਦ ਆਪਦੇ ਘਰ ਆ ਰਹੀ ਸੀਗੀ, 2:15 ਦਾ ਟਾਈਮ ਸੀਗਾ। ਘਰ ਦੇ ਬਿਲਕੁਲ ਨਜ਼ਦੀਕ ਇੱਕ ਚੋਰ ਮੀਨਸ ਮੋਟਰਸਾਈਕਲ 'ਤੇ ਪਿੱਛੋਂ ਇੱਕ ਨੌਜਵਾਨ ਆਇਆ ਅਤੇ ਮੇਰਾ ਪਰਸ ਖੋ ਕੇ ਭੱਜ ਗਿਆ ਜੀ। ਅਤੇ ਉਹ ਪਰਸ ਦੇ ਵਿੱਚ ਕੀ ਕੁਛ ਸੀਗਾ? ਪਰਸ ਦੇ ਵਿੱਚ ਕੁਛ ਕੁ ਨਗਦੀ ਅਤੇ ਮੇਰਾ ਫੋਨ ਸੀਗਾ ਜੀ। ਕਿਹੜੀ ਕੰਪਨੀ ਦਾ ਫੋਨ? ਆਈਫੋਨ ਸੀਗਾ ਜੀ ਮੇਰਾ ਵਿੱਚ। ਉਹਦੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ? ਕਿ ਮੈਨੂੰ ਮੇਰਾ ਸਮਾਨ ਵਾਪਸ ਮਿਲਣਾ ਚਾਹੀਦਾ ਅਤੇ ਜਿਹੜੇ ਚੋਰ ਆ ਉਹਨਾਂ ਦੇ ਖਿਲਾਫ਼ ਕਦਮ ਚੁੱਕਣੇ ਚਾਹੀਦੇ ਪੁਲਿਸ ਨੂੰ ਕੋਈ ਨਾ। ਇੱਕ ਲੁੱਟ ਦੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਗਲੀ ਦੇ ਵਿੱਚ ਪੈਦਲ ਤੁਰੀ ਜਾ ਰਹੀ ਹੈ ਤੇ ਪਿੱਛੋਂ ਦੀ ਇੱਕ ਬਾਈਕ ਸਵਾਰ ਆਉਂਦਾ ਹੈ ਤੇ ਉਸਦਾ ਪਰਸ ਖੋ ਕੇ ਫਰਾਰ ਹੋ ਜਾਂਦਾ ਹੈ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਇੱਕ ਅਧਿਆਪਕ ਜਿਸਦਾ ਇਹ ਪਰਸ ਖੋਇਆ ਗਿਆ ਜਦੋਂ ਸਕੂਲ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਇੱਕ ਗਲੀ ਦੇ ਵਿੱਚੋਂ ਜਿਵੇਂ ਹੀ ਨਿਕਲ ਰਹੀ ਸੀ ਤਾਂ ਸੁੰਨਸਾਨ ਇਹ ਗਲੀ ਸੀ ਪਰ ਪਿੱਛੋਂ ਦੀ ਆ ਰਹੇ ਇੱਕ ਬਾਈਕ ਸਵਾਰ ਨੇ ਪਲਕ ਝਪਕਦੇ ਹੀ ਉਸਦਾ ਪਰਸ ਖੋ ਲਿਆ ਅਤੇ ਮੌਕੇ ਤੋਂ ਉਹ ਫਰਾਰ ਹੋ ਗਿਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤੇ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਕੁ ਸੈਕਿੰਡ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਬੇਖੌਫ ਹੋ ਕੇ ਇਹਨਾਂ ਝਪਟਮਾਰਾਂ ਦੇ ਵੱਲੋਂ ਆਏ ਦਿਨ ਅਜਿਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਦੇ ਨਾਲ ਆਮ ਲੋਕਾਂ ਦਾ ਘਰ ਦੇ ਵਿੱਚੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ। ਤਾਂ ਦੱਸ ਦਈਏ ਕਿ ਇਹ ਘਟਨਾ ਫਰੀਦਕੋਟ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਲੁੱਟ ਦੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਮੈਂ ਛੁੱਟੀ ਤੋਂ ਬਾਅਦ ਆਪਦੇ ਘਰ ਆ ਰਹੀ ਸੀਗੀ, 2:15 ਦਾ ਟਾਈਮ ਸੀਗਾ। ਘਰ ਦੇ ਬਿਲਕੁਲ ਨਜ਼ਦੀਕ ਇੱਕ ਚੋਰ ਮੀਨਸ ਮੋਟਰਸਾਈਕਲ 'ਤੇ ਪਿੱਛੋਂ ਇੱਕ ਨੌਜਵਾਨ ਆਇਆ ਅਤੇ ਮੇਰਾ ਪਰਸ ਖੋ ਕੇ ਭੱਜ ਗਿਆ ਜੀ। ਅਤੇ ਉਹ ਪਰਸ ਦੇ ਵਿੱਚ ਕੀ ਕੁਛ ਸੀਗਾ? ਪਰਸ ਦੇ ਵਿੱਚ ਕੁਛ ਕੁ ਨਗਦੀ ਅਤੇ ਮੇਰਾ ਫੋਨ ਸੀਗਾ ਜੀ। ਕਿਹੜੀ ਕੰਪਨੀ ਦਾ ਫੋਨ? ਆਈਫੋਨ ਸੀਗਾ ਜੀ ਮੇਰਾ ਵਿੱਚ। ਉਹਦੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ? ਕਿ ਮੈਨੂੰ ਮੇਰਾ ਸਮਾਨ ਵਾਪਸ ਮਿਲਣਾ ਚਾਹੀਦਾ ਅਤੇ ਜਿਹੜੇ ਚੋਰ ਆ ਉਹਨਾਂ ਦੇ ਖਿਲਾਫ਼ ਕਦਮ ਚੁੱਕਣੇ ਚਾਹੀਦੇ ਪੁਲਿਸ ਨੂੰ ਕੋਈ ਨਾ।